ਚੋਚਾ ਜੀ ਫਾਸ ਗਏ ਚੋਚਾ ਜੀ ਲੋ ਰਹਿ ਲਿਆ ਕੇ ਫਾੜ ਗਏ ਵੈ ਮੁੰਡੇ ਮੈਂ 30ml ਲਾਉਂਗੇ ਕਿ 40 ਮਾਂ ਕਰ ਪਟਿਆਲੀ ਬਾਜਿਓ ਰਾਜ ਕੀ ਕਰੋਗੇ ਮਾਂ ਤੁਸੀਂ ਪੈਕ ਵਾ ਵਾ ਸਾਰੇ ਵੱਡਾ ਲਾਏ ਆ ਆ ਕਰ ਲੈ ਕਹੀ ਸੀਗੀ ਮੈਂ ਕਿ ਉਹ ਸੇੜ ਦੇ ਨਾ ਮੈਨੂੰ ਮੈਂ ਦਵਾਈ ਮਾਰ ਕੇ ਅੰਦਰੋਂ ਉਹ ਹਰ ਕੱਢ ਦੂੰਗੀ ਭੁੰਨੇ ਦੇ ਹਾਂ ਹੋ ਹੋ ਹੋਰੀ ਗੱਲਾਂ ਹੀ ਕਰਦੇ ਆ ਸੀਨ ਸੀਗਾ ਬਈ ਤੇ ਉਹ ਸੀਨ ਸੀ ਦੇਖੀ ਭੂਆ ਵੀਰ ਚੇਤੇ ਦੇ ਤਰਕਾਰ ਬੋਲਦਾ ਭਾਨੇ ਨੂੰ ਕਹਿੰਦਾ ਦੇਖੀ ਭੂਆ ਕਹਿੰਦਾ ਕਿਤੇ ਵੇਚ ਨਾ ਬੱਜੀ ਉਹ ਬੋਲਦੀ ਵੇ ਭੂਆ ਨਹੀਂ ਮੈਂ ਤਾਂ ਤੇਰੀ ਸੁਆਲੀ ਲੱਗਦੀ ਆ ਚੰਦਰਿਆ ਤੇ ਬਾਈ ਉਹ ਬੋਲਦੀ ਹੈ ਕਹਿੰਦੀ ਉਹਨੇ ਵੀ ਹੱਥ 'ਚ ਮੁਰਗਾ ਹੁੰਦਾ ਮੁਰਗਾ ਨੂੰ ਵੇਚਦਾ ਦੀ ਹੈਗੀ ਤੇ ਉਹ ਬੋਲਦਿਆ ਕਹਿੰਦੀ ਵੇ ਗਵਾਲਾ ਸੁਣ ਅੱਗੇ ਕੋਈ ਗੱਲ ਨਾ ਕਰੀ ਉਹ ਕਹਿੰਦਾ ਕਿਹੜੀ ਵਹੀ ਮੁਰਗੇ ਵਾਲੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਇੱਕ ਛੋਟੀ ਉਮਰ ਦਾ ਜਿਹੜਾ ਆਪਾਂ ਕਹਿੰਦੇ ਵੀ ਜਦੋਂ ਜਾਇ ਤੇ ਜ਼ਿੰਦਗੀ ਦੇ ਵਿੱਚ ਬਹੁਤ ਕੀਤੀ ਹੈ ਜਵਾਕ ਨੇ ਹਨਾ ਤੇ ਵੀਡੀਓ ਦੇ ਵਿੱਚ ਵੀ ਕੰਮ ਕੀਤਾ ਚਲੋ ਸਾਰੇ ਪੱਖੋਂ ਜਵਾਕ ਇਹ ਭਰਪੂਰ ਹੈ ਤੇ ਇੱਕ ਦੋ ਇਹਦੇ ਵਿੱਚ ਖਾਸੀਅਤਾਂ ਨੇ ਦੋਸਤੋ ਤੇ ਇੱਕ ਤਾਂ ਇਹ ਲੇਡੀ ਜੀ ਦੀ ਆਵਾਜ਼ ਬਹੁਤ ਵਧੀਆ ਕੱਢਦਾ ਗਾਣੇ ਬਹੁਤ ਸੋਹਣੇ ਗਾਉਂਦਾ ਲੇਡੀ ਜੀ ਦੀ ਆਵਾਜ਼ ਚ ਬੰਦਿਆਂ ਦੀ ਆਵਾਜ਼ ਤਾਂ ਨਹੀਂ ਗਾਉਣੀ ਗਾਉਣੇ ਨੇ ਹਨਾ ਸੋ ਆਜੋ ਤੁਹਾਨੂੰ ਆਪਾਂ ਰੂਪ ਰੂਪ ਕਰਾਉਨੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਹੋਰ ਕਿਵੇਂ ਠੀਕ ਠਾਕ ਹਾਂਜੀ ਵਧੀਆ ਤੁਸੀਂ ਦੱਸੋ ਤੇ ਪਿੰਡ ਨਾਮ ਜ਼ਿਲ੍ਹਾ ਪਿੰਡ ਬਈ ਮੇਰਾ ਹਰਿਆਊ ਹੈਗਾ ਤੇ ਜਿਲ੍ਹਾ ਸਾਡਾ ਸੰਗਰੂਰ ਹੈ ਤੇ ਨੇੜੇ ਸਾਨੂੰ ਲੈਰਾ ਲੈਰਾ ਗਾਗਾ ਸ਼ਹਿਰ ਸਾਨੂੰ ਨੇੜੇ ਪੈਂਦਾ ਹੈਗਾ ਬਈ ਤੇ ਨਾਮ ਆਪਣਾ ਨਾਮ ਬਈ ਮੇਰਾ ਗੁਰਵਿੰਦਰ ਸਿੰਘ ਹੈਗਾ ਠੀਕ ਹੈ ਤੇ ਪਰਿਵਾਰ ਦੇ ਵਿੱਚ ਵੀਰੇ ਕੌਣ ਕੌਣ ਪਰਿਵਾਰ ਦੇ ਵਿੱਚ ਬਈ ਮੇਰੇ ਮੰਮੀ ਡੈਡੀ ਨੇ ਤੇ ਦਾਦਾ ਜੀ ਨੇ ਤੇ ਬਾਕੀ ਬਾਈ ਸਾਡੀ ਜੁਆਇੰਟ ਫੈਮਿਲੀ ਆ ਚਾਚਾ ਚਾਚੀ ਸਾਡੇ ਇਕੱਠੇ ਘਰ ਨੇ ਵੀ ਵਿਚਾਲੇ ਕੰਧ ਨਹੀਂ ਹੋएगी ਬਾਈ ਹਾਂ ਊਂ ਬਈ ਅਸੀਂ ਤਿੰਨ ਜਾਣੀਆਂ ਫੈਮਿਲੀ ਚ ਤੇ ਦੋਸਤੋ ਸਭ ਤੋਂ ਵੱਡੀ ਗੱਲ ਅੱਜ ਕੱਲ ਦੇ ਟਾਈਮ ਦੇ ਵਿੱਚ ਦੋ ਪਰਿਵਾਰਾਂ ਨੇ ਤਿੰਨ ਪਰਿਵਾਰਾਂ ਨੇ ਇਕੱਠੇ ਰਹਿਣਾ ਜੁਆਇੰਟ ਫੈਮਿਲੀ ਦੇ ਵਿੱਚ ਬਹੁਤ ਵੱਡੀ ਗੱਲ ਆ ਤੇ ਆਪਣੀਆਂ ਜੀ ਜਿਹੜੀਆਂ ਖੂਬੀਆਂ ਨੇ ਖਾਸੀਅਤਾਂ ਨੇ ਮੜੀਆਂ ਆ ਉਹਨਾਂ ਬਾਰੇ ਜਾਨਣਾ ਪਾਓ ਵੀ ਤੁਸੀਂ ਕਿਹਦੀ ਕਿਹਦੀ ਆਵਾਜ਼ ਜਿਹੜੀ ਕੱਢ ਲੈਣੋਗੇ ਬਾਤ ਹੈ ਬਈ ਜਿਆਦਾਤਰ ਜਦੋਂ ਮੈਂ YouTube ਵੀਡੀਓ ਸਟਾਰਟਿੰਗ ਚ ਲੱਗਿਆ ਸੀਗਾ ਸ਼ੂਟ ਕਰਨਾ ਜਿਆਦਾਤਰ ਤਾਂ ਬਈ ਆਪਣੇ ਪਹਾਨਾ ਪਗੌੜਾ ਜੀ ਬਾਹਰ ਕਰਦੇ ਹੁੰਦੇ ਸੀਗੇ ਆਪਣੇ ਪੰਨੋਂ ਦੀ ਤੇ ਉਹ ਸੀਨ ਜੇ ਬਈ ਮੈਂ ਜਿਆਦਾਤਰ YouTube ਚ ਲੈ ਕੇ ਆਉਂਦਾ ਹੁੰਦਾ ਸੀਗਾ ਵੱਧ ਤੋਂ ਵੱਧ ਵੀ ਮੇਰੀ ਆਵਾਜ਼ ਵਧੀਆ ਲੱਗੇ ਤੇ ਬਈ ਉਹ ਚੀਜ਼ ਨੂੰ ਬਹੁਤ ਪਸੰਦ ਕਰਦੇ ਸੀਗੇ ਤੇ ਹੁਣ ਮੈਂ ਪਿੱਛੇ ਇੱਕ ਰਿਸ਼ਤੇਦਾਰੀ ਚ ਵਿਆਹ ਵੀ ਗਿਆ ਸੀ ਉੱਥੇ ਮੈਂ ਚੌੜਕਾ ਦਨੇ ਜਿਵੇਂ ਆਪਾਂ ਬੈਠੇ ਹਾਂਗੇ ਹੁਣ ਐਵੇਂ ਬਈ ਹਾਂ ਹਾਂ ਮੈਂ ਬੈਠੇ ਬੈਠੇ ਕੋਈ ਮਜ਼ਾਕੀਏ ਗੱਲ ਕਰਤੀ ਤੇ ਉਹ ਮੈਨੂੰ ਕਹਿੰਦੇ ਵੀ ਸਾਰੇ ਆਵਾਜ਼ ਕੱਢ ਕੇ ਸੁਣਾ ਬੱਸ ਬਈ ਐਦਾਂ ਹੀ ਪਤਾ ਨਹੀਂ ਕੀ ਚੱਕ ਹੁੰਦਾ ਕੀ ਨਾ ਵੀ ਜਿਆਦਾ ਕਾਲਪੁਰਖ ਕਣੀ ਹੁੰਦਾ ਕਹਿੰਦੇ ਕੋਈ ਬੰਦੇ ਜੇ ਟੈਲੈਂਟ ਆ ਤੇ ਉਸ ਗੱਲੋਂ ਵੱਖ ਬਈ ਬਸ ਮੈਂ ਚੌੜ ਕਰਦਾ ਕਰਦਾ ਇਦਾਂ ਹੀ ਬਾਜ ਕੱਢ ਲੈਣਾ ਜਿਵੇਂ ਮਨ ਖੁਸ਼ ਕਰਦੈ ਨਾ ਸਾਰਿਆਂ ਦਾ ਅੱਛਾ ਤੇ ਮੜਾ ਜਾ ਉਹ ਬਾਜ ਤੋਂ ਰੂਬਰੂ ਕਰ ਪਾਉਂਗੇ ਸਾਨੂੰ ਉਹ ਬਈ ਐ ਉਹ ਮੈਂ ਦੱਸਦਾ ਤੁਹਾਨੂੰ ਇੱਕ ਸੀਨ ਕੀਤਾ ਸੀਗਾ ਅਸੀਂ ਵੀਡੀਓ ਦਾ ਤੇ ਉਹਦੇ ਵਿੱਚ ਬਈ ਮੇਰਾ ਲੇਡੀਜ਼ ਦਾ ਰੋਲ ਸੀਗਾ ਤੇ ਉਹ ਛੜਾ ਮੂਵੀ ਦਾ ਨਾਮ ਸੀਗਾ ਉਹਦਾ YouTube ਦਾ ਤੇ ਬਈ ਮੈਂ ਨਾ ਵੀ ਬੈਠਾ ਉਹ ਸੀਨ ਚ ਨਾ ਕੱਖ ਵੱਢਣ ਲੱਗ ਰਿਹਾ ਹੁੰਨਾਗਾ ਹੂੰ ਤੇ ਹੋਆ ਕਿ ਮੈਨੂੰ ਕੋਈ ਸ਼ਾਇਰਾ ਵਗੈਰਾ ਕਹਿੰਦਾਗਾ ਉਹ ਜਿਹੜਾ ਮੁੰਡਾ ਹੁੰਦਾਗਾ ਛੜਾ ਤੇ ਉਹਨੂੰ ਬਾਈ ਮੈਂ ਚੋੜ ਕਰਦਾ ਕਰਦਾ ਵੀ ਸੀਨ ਸੀਗਾ ਵੀ ਉਹਨੂੰ ਜਾਣ ਕੇ ਹਰ ਖਿਵਜੋ ਬੋਲਣਾ ਤੇ ਮੈਂ ਉਹਨੂੰ ਬੋਲਦਾ ਮੈਂ ਕਿਹਾ ਉਹ ਛੇੜ ਦੇ ਨਾ ਮੈਨੂੰ ਮੈਂ ਦਵਾਈ ਮਾਰ ਕੇ ਅੰਦਰੋਂ ਉਹ ਹਰ ਕੱਢ ਦੂੰਗੀ ਭੁੰਣਨੇ ਦੇ ਹਾਂ ਹੋ ਹੋਰੀ ਗੱਲਾਂ ਹੀ ਕਰਦੇ ਆ ਸੀਨ ਸੀਗਾ ਬਾਈ ਤੇ ਉਹ ਸੀਨ ਸੀ ਜਿਹੜਾ ਉਹ ਬੰਦਾ ਕੌਣ ਸੀ ਜਿਹੜੇ ਬੰਦੇ ਨਾਲ ਤੁਸੀਂ ਕੀਤਾ ਹੋਈ ਕਿ ਪਨੇ ਨਾ ਸੀਗਾ ਬਈ ਮੁੰਡਾ ਜੀ ਨਾਲ ਦਾਸ ਜੀ ਦੋਸਤੋ ਸਭ ਤੋਂ ਪਹਿਲੀ ਵੀਡੀਓ ਪਹਿਲੀ ਵੀਡੀਓ ਆ ਬਾਈ ਜੀ ਨੇ ਸ਼ੂਟ ਕੀਤੀ ਸੀ ਤੇ ਬਹੁਤ ਵਧੀਆ ਦੋਸਤੋ ਇਹਨੇ ਮੁੰਡੇ ਚ ਉਹ ਸੀਨ ਮੈਨੂੰ ਮੇਰੇ ਯਾਰਾਂ ਦੋਸਤਾਂ ਨੇ ਬਹੁਤ ਨੇ ਬਾਈ ਮਤਲਬ ਫੋਨ ਕਰ ਕਰ ਵੀ ਬਹੁਤ ਵਾਰੀ ਬਾਈ ਮਤਲਬ ਸੁਣਿਆ ਉਹਦੇ ਯਾਰਾਂ ਵੀ ਇਹਨੂੰ ਹੈਂਡ ਫ੍ਰੀ ਲਾ ਲਾਂਦੇ ਫੋਨ ਤੇ ਮਤਲਬ ਬਹੁਤ ਵਾਰੀ ਸੁਣਿਆ ਬਾਈ ਦੋਸਤੋ ਵੀਡੀਓ ਇੰਨੀ ਚੱਲੀ ਸੀ ਹੈਨਾ ਉਹਦੀਆਂ ਕਟਿੰਗਾਂ ਪੈਣ ਲੱਗੀਆਂ ਸੀ ਵੀਡੀਓ ਦੀਆਂ ਸੋ ਦੋਸਤੋ ਕਿਸੇ ਕਾਰਨਾਂ ਕਰਕੇ ਚੈਨਲ ਉਹ ਜਿਹੜਾ ਸਾਡਾ ਨਹੀਂ ਰਿਹਾ ਹਨਾ ਜੋ ਦਾ ਭੋਗ ਪਾ ਦਿੱਤਾ ਗਿਆ ਚੈਨਲ ਦਾ ਉਹ ਬਈ ਸਾਨੂੰ ਬੰਦ ਕਰਨਾ ਪੈਗਾ ਚੈਨਲ ਕੋਈ ਸੋ ਬਈ ਕਾਰਨ ਹੋ ਜਾਂਦਾ ਹਰੇਕ ਦਾ ਬੰਦ ਕਰਵਾ ਦਿੱਤਾ ਗਿਆ ਚਲੋ ਉਹ ਚਲੋ ਛੱਡੋ ਸਾਡੀਆਂ ਜਿਹੜੀਆਂ ਪਰਸਨਲ ਸੀ ਉਹ ਗੱਲਾਂ ਗਈਆਂ ਹਨਾ ਤੇ ਦੋਸਤੋ ਇੱਕ ਇਹ ਗਾਣਾ ਗਾਉਂਦਾ ਹੁੰਦਾ ਹੈਗਾ ਬਹੁਤ ਸੋਹਣਾ ਉਹ ਕੁੜੀ ਦੀ ਆਵਾਜ਼ ਵੀ ਕੱਢਦਾ ਇਹ ਮੁੰਡੇ ਦੀ ਆਵਾਜ਼ ਵੀ ਕੱਢਦਾ ਬਹੁਤ ਸੋਹਣਾ ਗਾਉਂਦਾ ਇਹ ਅਮਰੀਕਾ ਤੇ ਉਹ ਗਾਣਾ ਸੁਣਾ ਜਰਾ ਉਹ ਉਹ ਬਈ ਅਸੀਂ ਗਾਣਾ ਵਾਦਦੇ ਸੀ ਮੱਕੀ ਦਾ achar ਪਾਉਂਦੇ ਸੀਗੇ ਅੱਛਾ ਤੇ ਕਰਤਾਰ ਰਾਮਲੇ ਦਾ ਗਾਣਾ ਸੀਗਾ ਬਈ ਉਹ ਵੀ 12 ਫੁੱਟ ਚਲਾ ਕੇ ਵੱਲ ਵਿਚਵਾਰੇ ਮੈਂ ਬੈਠੇ ਬੈਠੇ ਲੱਗ ਗਿਆ ਗਾਉਣਾ ਤੇ ਉਹਨਾਂ ਨੇ ਮੇਰੀ ਵੀਡੀਓ ਦਾ ਕਲਿੱਪ ਬਣਾ ਲਈ ਸੀਗੀ ਅੱਛਾ ਉਹ ਐ ਸੀਗਾ 12 ਫੁੱਟ ਉੱਚਾ ਲਾ ਕੇ ਵੱਲ ਮਚਵਾਰੇ ਵਿੱਚ ਵਾਂਡੀਆਂ ਦੀ ਨੀਂਦ ਪੁਝਾਈ ਮੁੰਡਿਆ ਬਸਾਰੀ ਰਾਤ ਨਾ ਰਾਤ ਨਾ ਤੂੰ ਵੱਲੇ ਮਮ ਬਜਾਇਆ ਮੁੰਡਿਆ ਬਸਾਰੀ ਰਾਤ ਨਾ ਹੋ ਲੇ ਕੇ ਮਨਜੂਰੀ ਫਿੱਟ ਬਿਜਲੀ ਕਰਾਈ ਅਸੀਂ ਮੀਟਰ ਲਵਾਇਆ ਸਰਕਾਰੀ ਬਲੀਏ ਜਗੂ ਛੜੇਦਾ ਛੜੇਦਾ ਬਲ ਬਰਾਤ ਸਾਰੀ ਬਲੀਏ ਨਹੀਂ ਜਗੂ ਛੜੇਦਾ ਵਾ ਵਾ ਯਾਰ ਕਮਾਲ ਕਰ ਤੇ ਦੋਸਤੋ ਬਾਈ ਰਾਮਲੇ ਨੂੰ ਵੀ ਯਾਦ ਕਰਾਤਾ ਹਾਂ ਬਾਈ ਰਾਮਲੇ ਨੂੰ ਵੀ ਯਾਦ ਕਰਵਾਤਾ ਉਹ ਬਾਈ ਅਮਰੀਕ ਨੇ ਗੱਲ ਸਹੀ ਕਹੀ ਹੈ ਨਾ ਸੋ ਦੂ ਤੋ ਇਹ ਜੀਆਂ ਗੱਲਾਂ ਇਹਦੇ ਚ ਬਹੁਤ ਖੂਬੀਆਂ ਨੇ ਸੋ ਇਹ ਮੌਕੇ ਤੇ ਆਪ ਵੀ ਪੁੱਲਿਆ ਖੜਾ ਵੀ ਮੈਂ ਕੀ ਤੇ ਇੱਕ ਦੂਰ ਖੂਬੀਆਂ ਸੀ ਇੱਕ ਬਾਜ ਹੋਰ ਕੱਢਦਾ ਹੁੰਦਾ ਸੀਗਾ ਉਹ ਮੇਰੀ ਯਾਦ ਨਹੀਂ ਆ ਰਹੀ ਕੀ ਕਰਦਾ ਹੁੰਦਾ ਸੀ ਉਹ ਬਾਈ ਪਤਾ ਨਹੀਂ ਕੋਈ ਜਦੋਂ ਬੈਠੇ ਹੁੰਦੇ ਆ ਪਰ ਹੋਰੀ ਇਹ ਗੱਲ ਛੇੜ ਲੈਂਦੇ ਚੌੜ ਕਰਦਾ ਕਰਦਾ ਕਿ ਕਨਸੈਪਟ ਦਾ ਜਾਂ ਗੱਲ ਚੱਕ ਲਾਂਦਾ ਸੀ ਯਾਰ ਜਿਵੇਂ ਮੰਨ ਲਓ ਉਹ ਪਤਾ ਨਹੀਂ ਸੀ ਹਾਂ ਵਿਆਹ ਤੇ ਸੀਗਾ ਉੱਥੇ ਇੱਕ ਫੌਜੀ ਸੀਗਾ ਕੋਈ ਮੁੰਡਾ ਤੇ ਉਹੋ ਚੌੜ ਕਰਦਾ ਕਰਦਾ ਕਹਿੰਦਾ ਕਹਿੰਦਾ ਆ ਜਾਉ ਕਹਿੰਦਾ ਪੀ ਕਹਿੰਦਾ ਮੁੰਡਾ ਪੇਗ ਛੇਕ ਲਾ ਲਓ ਤੇ ਮੈਂ ਚੌੜ ਕਰਦੇ ਨੇ ਕਿਥੇ ਬੈਠੇ ਨਹੀਂ ਗਏ ਤਾਂ ਤੇ ਨਾਲ ਜਿਹੜੇ ਮੁੰਡੇ ਸੀ ਉਸ ਰਿਸ਼ਤੇਦਾਰ ਦੇ ਬਈ ਮੈਂ ਉਹਨਾਂ ਨੂੰ ਕਹਦਾ ਮੈਂ ਆ ਵੈ ਮੁੰਡੇ ਮੈਂ 30 ਮਲ ਲਾਉਂਗੇ ਕਿ 40 ਮਾਕਰ ਪਟਿਆਲੀ ਬਾਜਿਓ ਰਾਜ ਕੀ ਕਰੋਗੇ ਵਾ ਤੁਸੀਂ ਇੱਕ ਵਾਵਾ ਸਾਰਾ ਵੱਡਾ ਲਾਏ ਆ ਇਹ ਗੱਲ ਕਹੀ ਸੀਗੀ ਬਈ ਮੈਂ ਤੇ ਬਾਕੀ ਵੀਰੇ ਐਕਟਿੰਗ ਦਾ ਸ਼ੌਂਕ ਮੈਨੂੰ ਬਈ ਪਹਿਲੇ ਦਿਨੋਂ ਮੈਂ ਸਕੂਲ 'ਚ ਵੀਰੇ ਸ਼ੇਮੀ ਕਲਾਸ 'ਚ ਪੜਦਾ ਸੀਗਾ ਤੇ ਬਾਈ ਉਦੋਂ ਮੈਂ ਇੱਕ ਸਿਗਰਟੀ ਕੀਤੀ ਸੀ ਉਹ ਪਹਿਲੀ ਸਿਗਰਟ ਸੀ ਵੀਰੇ ਪਹਿਲੀ ਸਿਗਰਟ ਸੀ ਬਣਾ ਲੇਡੀਜ਼ ਦਾ ਰੋਲ ਕੀਤਾ ਗਿਆ ਸੀ ਵੀਰੇ ਕੀ ਕੀਤੀ ਸੀ ਉਹਦੇ ਵਿੱਚ ਉਹ ਵੀ ਆਇਆ ਸੀਗਾ ਵੀ ਇੱਕ ਅਨਪੜ ਜਨਾਨੀ ਸੀਗੀ ਵਿਆਹ ਦੇ ਘਰ ਵਾਲੇ ਨੂੰ ਕੀ ਕਹਿੰਦੀ ਹੁੰਦੀ ਹੈਗੀ ਤੇ ਉਹ ਆਪਦੇ ਘਰ ਦੇ ਨਾਲ ਬਈ ਪਾਰਟੀ ਤੇ ਵਗ ਜਾਂਦੀ ਉੱਥੇ ਉਹ ਸਾਰੇ ਗਾਣੇ ਗੂਣੇ ਗਾਉਂਦਾ ਬਈ ਪੜ੍ਹੇ ਲਿਖਿਆ ਦੀ ਪਾਰਟੀ ਹੁੰਦੀ ਹੈਗੀ ਅੱਛਾ ਤੇ ਪੜੇ ਲਿਖਿਆਂ ਦੀ ਭਾਈ ਪਾਰਟੀ ਹੁੰਦੀ ਹੈਗੀ ਉਹ ਕਹਿੰਦੇ ਵੀ ਕੋਈ ਗਾਣਾ ਗਾਓ ਚਲੋ ਭਾਈ ਪੜੇ ਲਿਖੇ ਗਾਣਾ ਗਾ ਲਾਂਦੇ ਨੇ ਜਿਹੜੇ ਸਾਹਮਣੇ ਭਾਈ ਗਾਉਂਦੇ ਨੇ ਹੁਣ ਉਹ ਪਿੰਡ ਵਾਲੀ ਸੀ ਵਿਚਾਰੀ ਮਾਤੜ ਉਹਨੂੰ ਕੀ ਪਤਾ ਸੀ ਉਹ ਮੈਂ ਕੀ ਗਾਣਾ ਗਾਉਣਾ ਕੀ ਨਾ ਉਹਨੂੰ ਕਹਿੰਦੇ ਗਾਣਾਗਾ ਹੂੰ ਉਹ ਭਾਈ ਆਪਦੇ ਘਰ ਵਾਲੇ ਨੂੰ ਲਵੇ ਬੁਲਾ ਕੇ ਬੋਲਦੀ ਕਹਿੰਦੀ ਸੋਹਣੇ ਸੋਣੇ ਗੁੱਟ ਤੇ ਬਣਾ ਲੈ ਰਖੜੀ ਵੀਰ ਮੇਰਾ ਉਹ ਭਾਈ ਬਸ ਇੰਨੇਜ ਉਹਦਾ ਐਂਡ ਸੀਗਾ ਸਿਗਰਟ ਦਾ ਭਾਈ ਫੜ ਕੇ ਉਹਨੂੰ ਕੁੱਟਦਾ ਦਾਗਾ ਬਸ ਇੰਨੀ ਕੁ ਸੀਗੀ ਗਾ ਭਾਈ ਸਿਗਰਟ ਉਹ ਵੀ ਸਿਗਰਟ ਉਹ ਲੰਬੀ ਸੀ ਮੈਂ ਲਾਸਟ ਤੋਂ ਉਹਨੂੰ ਸ਼ਾਟ ਜਿਹਾ ਦੱਸਦਾ ਤੇ ਬਾਈ ਉਦੋਂ ਬਾਈ ਉਹ ਚਲੋ ਮੈਂ ਸੈਵੰਤ ਚ ਹੋਇਆ ਬਾਈ ਅਸੀਂ ਫਿਰ ਆਪਣੇ ਆਮ ਜਰਨਲ ਸਕੇਟਾਂ ਕਰ ਲਾਗੇ ਆਪਣਾ ਭਵੰਤਮਾਨ ਜਿਹੜੇ ਬਣਾਉਂਦੇ ਹੁੰਦੇ ਸੀ ਉਸ ਟਾਈਮ ਚ ਸਕੂਲ ਵਾਲੀਆਂ ਬਾਈ ਤੇ ਉਦੋਂ ਬਾਈ ਮੇਰੇ ਗੁਰੂ ਸਕੂਲ ਚ ਬਾਈ ਮੇਰੇ ਆਸ਼ਮਾ ਮੈਡਮ ਸੀਗੇ ਸਾਨੂੰ ਕੰਪਿਊਟਰ ਪੜ੍ਹਾਉਂਦੇ ਸੀ ਉਹ ਟੀਚਰ ਤੇ ਉਹ ਬਾਈ ਟੀ ਉਹ ਸਾਡੇ ਮੈਡਮ ਨੇ ਬਾਈ ਆਪ ਪੜਾਵਾ ਕੀਤਾ ਸੀਗਾ ਥੀਏਟਰ ਪਟਿਆਲਾ ਯੂਨੀਵਰਸਿਟੀ ਤੋਂ ਤੇ ਬਾਈ ਉਹ ਮੇਰੇ ਗੁਰੂ ਸੀਗੇ ਤੇ ਉਹਨਾਂ ਬਦੌਲਤ ਬਾਈ ਸਕੂਲ ਚੋਂ ਮੇਰੇ ਐਕਟਿੰਗ ਵਜੋਂ ਬਾਈ ਤਿੰਨ ਮੈਡਲ ਆਏ ਸੀ ਤੇ ਇੱਕ ਮੈਨੂੰ ਜਦੋਂ ਮੈਂ ਪਲੱਸ 2 ਚ ਵੀਰੇ ਕੰਪਲੀਟ ਕੀਤੀ ਸੀ ਮੇਰੀ ਪਲੱਸ 2 ਤਾਂ ਮੈਨੂੰ ਸਕੂਲਾਂ ਨੇ ਇੱਕ ਸਰਟੀਫਿਕੇਟ ਬਈ ਦਿੱਤਾ ਸੀਗਾ ਐਕਟਿੰਗ ਦਾ ਅੱਛਾ ਹਾਂ ਤੇ ਉਹਦੀ ਸਕੂਲ 'ਚ ਹੀ ਬੱਸ ਬਈ ਸਕਟਾਂ ਕਰਦੇ ਸੀ ਜਾਨੀ ਕਿ ਵੀ ਸਕੂਲ 'ਚ ਕਹਿਣ ਲੱਗੇ ਸੀਗੇ ਜਦੋਂ ਵੀ ਕੋਈ ਐਕਟਿੰਗ ਹੁੰਦਾ ਤਾਂ ਬਈ ਐ ਕਹਿੰਦੇ ਵੀ ਗੁਰਵਿੰਦਰ ਨੂੰ ਬੁਲਾ ਲਓ ਗੁਰਵਿੰਦਰ ਨੂੰ ਬੁਲਾ ਲਓ ਵੀ ਵਧੀਆ ਬਈ ਉਹ ਉੱਥੇ ਹੀ ਸਿੱਖੇ ਸੀਗੇ ਬਾਕੀ ਹਜੇ ਬਈ ਜ਼ਿੰਦਗੀ 'ਚ ਸਟਰਗਲ ਕਰੀ ਜਾਣੇਗੇ ਬਾਕੀ ਬਈ ਡੈਡੀ ਪਿਵਾ ਰਹੇ ਨੇ ਖੇਤੀ ਖੁੱਤੀ ਦਾ ਬਈ ਆਪ ਹੀ ਕਰਨਾ ਪੈਂਦਾ ਹੈਗਾ ਹੁਣ ਪਲੱਸ 2 ਦਾ ਬਾਅਦ ਵੀ ਪੜ੍ਹਾਈ ਤਾਂ ਅੱਗੇ ਕਰਨੀ ਏ ਸੋ ਦੋਸਤੋ ਜਿੰਨਾ ਕੰਮ ਇਸ ਦੁਬਾਰਾ ਕਨੇ ਕੀਤਾ ਹਨਾ ਮੇਰੇ ਨਾਲ ਬਹੁਤ ਕੰਮ ਕਰ ਚੁੱਕਿਆ ਫਿਲਮਾਂ ਦੇ ਵਿੱਚ ਇਹ ਜਿਹੜੀਆਂ ਸ਼ਾਰਟ ਮੂਵੀ ਬਣਾਉਨੇ ਆ ਪਲੱਸ 2 ਤੱਕ ਹੀ ਪੜਿਆ ਬਈ ਹਾਂ ਬਈ ਪਲੱਸ 2 ਤੱਕ ਹੀ ਪੜਿਆ ਇਦੋਂ ਹਾਂ ਬਈ ਬੱਸ ਲੱਗੇ ਨਹੀਂ ਹੈਗੇ ਅੱਗੇ ਬੀਏ ਚ ਤਾਂ ਫਿਰ ਬਈ ਖੇਤੀ ਦੀ ਜ਼ਿੰਮੇਵਾਰੀ ਪੈ ਗਈ ਸੀਗੀ ਬਈ ਸਿਰ ਤੇ ਫਿਰ ਡੈਡੀ ਬਿਮਾਰ ਰਹੇ ਸੀ 2 ਸਾਲ ਹੋ ਗਏ ਸੀ ਬਈ ਉਹਨਾਂ ਨੂੰ ਠੀਕ ਹੈ ਠੀਕ ਹੈ ਤੇ ਉਮਰ ਕਿੰਨੀ ਹੋ ਗਈ ਆਪਣੀ ਗੁਰਵਿੰਦਰਾ ਉਮਰ ਬਈ ਮੈਂ 19 ਸਾਲ ਦਾ ਹੋ ਗਿਆ ਬਈ ਅੱਛਾ ਹੂੰ ਫਿਰ ਹੁਣ ਅਗਲਾ ਸੁਪਨਾ ਕੀ ਹੈ ਤੇਰਾ ਸੋਪਨਾ ਦਾ ਭਾਈ ਆਈ ਜਾਗਾ ਵੀ ਜੇ ਕੋਈ ਕਿਸੇ ਵਧੀਆ ਆਰਟਿਸਟ ਨਾਲ ਕੰਮ ਕਰਨਾ ਮਿਲੇ ਭਾਈ ਵੀ ਐਕਟਿੰਗ ਵਜੋਂ ਫਨੀ ਜਾਂ ਤਾਂ ਤੇਰੇ ਮੈਂ ਫਨੀ ਕਰਕੇ ਰਾਜਾ ਵੀ ਮੈਨੂੰ ਸੈਡ ਕਨਸੈਪਟ ਕਰਨਾ ਵਧੀਆ ਹੀ ਲੱਗਦਾ ਵੀ ਫਨੀ ਜਾਂ ਹੋਈ ਵਾ ਲੋਕਾਂ ਨੂੰ ਬਸ ਵੀ ਇਹੀ ਚਾਹਤ ਹੈਗੀ ਵੀ ਆਪ ਚਾਹੇ ਖੁਸ਼ ਨਾ ਰਹਾਂ ਪਰ ਮੈਨੂੰ ਦੇਖਣ ਵਾਲੇ ਵੀ ਆਪ ਦੇ ਸਰੋਤੇ ਦਰਸ਼ਕ ਵੀ ਉਹ ਖੁਸ਼ ਰਹਿਣ ਭਾਈ ਹਮ ਸਹੀ ਹੈ ਭਾਈ ਸੋ ਦੋਸਤੋ ਸਾਡੀ ਜਿਹੜੀ ਟੀਮ ਸੀ ਪਹਿਲਾਂ ਤੋਂ ਲਾ ਕੇ ਸਾਡਾ ਇਹੀ ਮੋਟਿਵੇ ਰਿਹਾ ਹੈ ਵੀ ਆਪ ਚਾਹੇ ਅਸੀਂ ਅੰਦਰੋਂ ਦੁਖੀ ਰਹੀਏ ਹਨ ਜਿਹੜੇ ਸਾਨੂੰ ਦੇਖਣ ਵਾਲੇ ਨੇ ਉਹ ਸਾਨੂੰ ਦੇਖ ਕੇ ਪੂਰਾ ਅੰਦਰੋਂ ਖੁਸ਼ ਰਹਿਣਾ ਤਾਂ ਜੋ ਉਹ ਆਪਣੇ ਜਿਹੜੇ ਦੁੱਖ ਦਰਦ ਨੇ ਉਹ ਭੁੱਲ ਸਕਣ ਹਨਾ ਸੋ ਸਭ ਤੋਂ ਵੱਡਾ ਪੁੰਨ ਦੋ ਤੂੰ ਜਿਹੜਾ ਦੂਜੇ ਦੁਖੀ ਬੰਦੇ ਨੂੰ ਹਸਾਉਣਾ ਹੁੰਦਾ ਖੁਸ਼ ਕਰਨਾ ਹੁੰਦਾ ਜੇ ਆਪਾਂ ਇੱਕ ਦੂਜੇ ਬੰਦੇ ਨੂੰ ਖੁਸ਼ ਕਰਤਾਂ ਨਾ ਸਮਝ ਲਓ ਆਪਾਂ ਰੱਬ ਪਾ ਲਿਆ ਠੀਕ ਆ ਚਾਹੇ ਕੋਈ ਵੀ ਬੰਦਾ ਜੇ ਆਪਾਂ ਦੂਜੇ ਬੰਦੇ ਨੂੰ ਖੁਸ਼ ਕਰਦੇ ਆ ਤਾਂ ਰੱਬ ਦੇ ਦਰਸ਼ਨ ਕਰਦੇ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਇਹ ਬੰਦੇ ਦਾ ਟੈਲੈਂਟ ਤੁਹਾਨੂੰ ਕਿਵੇਂ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਈ ਦੂਜਿਆਂ ਨੂੰ ਜ਼ਰੂਰ ਹਸਾਇਆ ਕਰੋ ਤਾਂ ਜੋ ਅੱਜ ਕੱਲ ਜਿਹੜਾ ਹਾਂ ਬਾਈ ਨੂੰ ਸਪੋਰਟ ਕਰ ਦਿਓ ਤੇ ਬਾਈ ਕੋਈ ਹੋਰ ਮਾੜੀ ਮੋਟੀ ਸੁਣਾ ਦੇ ਸੀ ਵਾਲੀ ਗੱਲ ਸੁਣਾ ਤਾਂ ਵੀ ਤਾਂ ਬਹੁਤ ਦਿੰਦਾਗਾ ਹੋਰ ਆ ਇੱਕ ਹੋਰ ਸੀਗੀ ਗਰਚੇ ਚਿੱਤਰਕਾਰਾਂ ਦੀ ਵੀਡੀਓ ਸੀਗੀ ਅੱਛਾ ਉਹ ਹੁੰਦਾਗਾ ਆਪਣਾ ਉਹ ਠਾ ਆਪਣਾ ਹਾਂ ਉਹ ਸੀਗੀ ਹੋਵੇਰੀ ਮੂਵੀ ਦਾ ਨਾਮ ਆ ਪ੍ਰਾਣਾ ਨਹੀਂ ਜਿਹੜਾ ਉਹਨਾਂ ਦੇ ਹੋ ਰਹੇ ਹੁੰਦਾ ਸੌਰਿਆ ਹਾਂ ਹਾਂ ਪ੍ਰਾਣਾ ਨਾ ਨਾ ਅੱਡ ਪਰਾਣਾ ਨਹੀਂ ਬਾਈ ਆਹੋ ਹੁੰਦਾ ਹਾਂ ਟੀਟੇ ਜੇ ਬਾਈ ਟੀਟੇ ਹਾਂ ਉਹਦਾ ਪਾਰਟ 2 ਸੀਗਾ ਹਾਂ ਹਾਂ ਉਹ ਚੋਂ ਭਾਨੂ ਨਾਲ ਗਰਚੇ ਚਿੱਤਰਕਾਰ ਦਾ ਸੀਨ ਹੁੰਦਾਗਾ ਉਹ ਬੋਲਦਾ ਕਹਿੰਦਾ ਦੇਖੀ ਭੂਆ ਵਿਗਰਚੇ ਦੇ ਤਰਕਾਰ ਬੋਲਦਾ ਭਾਨੇ ਨੂੰ ਕਹਿੰਦਾ ਦੇਖੀ ਭੂਆ ਕਹਿੰਦਾ ਕਿਤੇ ਵੇਚ ਨਾ ਬੱਜੀ ਉਹ ਬੋਲਦੀ ਵੇ ਭੂਆ ਨੀ ਮੈਂ ਤਾਂ ਤੇਰੀ ਸਵਾਰੀ ਲੱਗਦੀ ਆ ਚੰਦਰਿਆ ਤੇ ਭਾਈ ਉਹ ਬੋਲਦੀ ਹੈ ਕਹਿੰਦੀ ਉਹਨੇ ਵੀ ਹੱਥ 'ਚ ਮੁਰਗਾ ਹੁੰਦਾ ਮੁਰਗਾ ਨੂੰ ਵੇਚਦਾ ਦੀ ਹੈਗੀ ਤੇ ਉਹ ਬੋਲਦਿਆ ਕਹਿੰਦੀ ਵੇ ਗਵਾਲਾ ਸੁਣ ਅੱਗੇ ਕੋਈ ਗੱਲ ਨਾ ਕਰੀ ਉਹ ਕਹਿੰਦਾ ਕਿਹੜੀ ਵਹੀ ਮੁਰਗੇ ਵਾਲੀ ਤੇ ਵਸੂਈ ਇੰਨਾ ਕੀ ਸੀਨ ਸੀਗਾ ਅੱਛਾ ਭਾਈ ਜਿਹੜੀ ਇਹ ਕਦੋਂ ਆਵਾਜ਼ ਕੱਢ ਰਹੇ ਆ ਭਾਨੇ ਪਕੌੜੇ ਦੀ ਆ ਹਾਂ ਭਾਈ ਇਹ ਉਹਨਾਂ ਦੀ ਆਵਾਜ਼ ਹੈਗੀ ਭਾਈ ਆਪਾਂ ਆਪ ਨਹੀਂ ਕਹਿੰਦੇ ਇਹ ਮਤਲਬ ਮਿੰਟੂ ਮਿੰਟੂ ਹਾਂ ਮਿੰਟੂ ਮਾਨ ਜੀ ਨੇ ਭਾਈ ਠੀਕ ਹੈ ਠੀਕ ਹੈ ਮਿੰਟੂ ਮਾਨ ਭਾਈ ਹਾਂ ਠੀਕ ਹੈ ਠੀਕ ਹੈ ਉਦੀ ਆਵਾਜ਼ ਕਾਪੀ ਮਤਲਬ ਕੱਢ ਦੇਣਾ ਤੋਂ ਆਵਾਜ਼ ਹਾਂ ਬਾਈ ਕਾਪੀ ਕੱਢ ਦੇਣਾਗਾ ਤੇ ਵੀ ਕਦੇ ਕਹਤਾ ਜਮ ਹੀ ਆਇਆ ਹੁੰਦਾਗਾ ਅਗਲੇ ਨੂੰ ਫੋਨ ਤੇ ਕਈ ਵਾਰੀ ਮੈਂ ਚੌਟ ਕਰਦਾ ਜਦੋਂ ਕਿਸੇ ਦਾ ਫੋਨ ਆ ਜਾਂਦਾ ਮੈਂ ਕਹਿ ਦਿੰਦਾਗਾ ਹਾਏ ਲੈ ਹੋ ਚਾਚਾ ਕੋਣ ਤੇ ਉਹ ਬਈ ਅਗਲੇ ਨੂੰ ਆਇਆ ਹੁੰਦਾ ਵੀ ਗਲਤ ਫੋਨ ਮਿਲ ਗਿਆ ਕਿਉਂ ਕੋਈ ਵਾਰੀ ਕੋਲੇ ਨੰਬਰ ਕੋਈ ਹੋਰ ਕਿਤੋਂ ਲੈ ਕੇ ਆਉਂਦਾ ਕਹਿੰਦਾ ਵੀ ਤੁਸੀਂ ਗਲਤ ਫੋਨ ਮਿਲ ਗਿਆ ਬਈ ਬਹੁਤ ਇਦਾਂ ਵੀ ਦੋਤੋ ਇਹ ਬੰਦਿਆਂ ਨੂੰ ਆਕਾ ਚੱਲਦਾ ਰਹਿੰਦਾਗਾ ਬਈ ਬਹੁਤ ਬੰਦਿਆਂ ਨੂੰ ਇਹ ਐਂ ਕਰਦਾ ਉਹ ਹੀ ਹੈ ਜਿਹੜਾ ਬਾਈ ਆਪਣੇ ਪੰਨ ਸਿੱਧੂ ਪੰਨ ਸਿੱਧੂ ਨਾ ਕੰਮ ਕਰ ਰਿਹਾ ਹਾਂ 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 ਬਈ ਇਹ ਨਾ ਚੋਚਾ ਜੀ ਫਾਸ ਗਏ ਚੋਚਾ ਜੀ ਲੋ ਰਹਿ ਲਿਆ ਕੇ ਫਾੜ ਗਏ ਜੇ ਦੋਸਤੋ ਬਹੁਤ ਲੈਰੀਆ ਬੰਦਾ ਸੋ ਦੋਸਤੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸੋ ਚੈਨਲਾਂ ਨੂੰ ਜ਼ਰੂਰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਦੀਪੰਧੇਰ ਤੇ ਬਾਈ ਅਮਰੀਕ ਪਹਿਣੀ ਜਸਾਤੇ ਇਹ ਗੁਰਵੰਦਰ ਹਰਿਓ ਸੋ ਦੋਸਤੋ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ